भाई साहब तवज्जो, अली के इश्क में सब कुछ बुलाए बैठे हैं, वो खुश नसीब है जो मजलिस में आए बैठे हैं। अरे हमारा तो रिश्ता है बहलोल के कबीले से, जमीन पे अपनी ही जन्नत सजाए बैठे हैं। हाथ में रख करके नारा हाजरी, जनाब अब्बास रजा छंडे से। क्या बात है, क्या बात है, क्या कहने। मेरे मोहतरम और मेरे मुकर्रम सामईन, वारिसुल मकाम वली अल-असर सरकार हुज्जत ज़माना यानी सरकार इमाम मोहम्मद महदी अलैहिस्सलातु वस्सलाम, मालिक थोड़ी सारी नौकरी अपनी पाक बारगाह विच कबूल फरमाओ। इतने अदादार दो नजदीक तो टुर के आए, जिक्र का सदका मालिक तोड़िया झोलियां पुर करके टुर। मेरी बानी दी हसीयत मलक अकील साहब मेरे भाई हैं, उन्होंने नाता है, एक रिश्ता है, तो बानी जिन्ना पढ़ते उन्ना का पढ़ लो। चलो परेशान हो गया जी, बानी थोड़ा पढ़ते हैं ना। बिस्मिल्लाह करा मेरे मेहमान जाकर काफी आए हैं, तो बानी जितना पढ़ दें मैं उतना कर पढ़ता। करबला का मैदान है, करबला के मैदान के बीच नवाबे करबला के हाथों से सूरह कौसर मौजूद है। इससे ज्यादा जल्दी मैं कह नहीं सकता। अगे खुतबा अली शहनशाह बादशाह लजपाल का खुतबा तुम बयान, थोड़े दिल की धड़कन है नजम बनी, थोड़ी महबूब नजम बनी। अज मेरा दिल है कि मैं जनाब को करबला के अली का खुतबा सुना। लाखी मेहनत का नाम है, अगर नौकर की मेहनत पसंद आवे ज्यादा नहीं, मैं थोड़ा जा मेरे बारे में बोल पड़ा। मैं चार सत्र तो अपना सफर शुरू करने लगा। तौहीद भी हैरान है इस नुसरत की पर, इससे ज्यादा जल्दी मैं कर नहीं सकता। गौर करे तौहीद भी हैरान है इस नुसरत की पर, ये छोटा अली दश्त में क्या करने चला है। तो मैं सबके पिछले जाग सो, ये छोटा अली दश्त में क्या करने चला है। और पांव पे खड़ा हो नहीं सकता मगर असगर, इस्लाम को पांव पे खड़ा करने चला है। जिन्हों नहीं लगता मैं दसन लगा, जे अली नहीं उज्जत का
اگر تھوڑا موڈ ہوئے تھوڑی اجازت ہوئے
ਤੇ ਮੈਂ ਕਰਬਲਾ ਦੇ ਮੈਦਾਨ ਦੇ ਵਿੱਚ ਕਰਬਲਾ ਦੇ ਅਲੀ ਦਾ ਖੁਤਬਾ ਪੜਨਾ ਚਾਹੁੰਦਾ। ਕੱਲ ਹੋਸੋ ਤੇ ਮਾਰਕਾ ਦਾ ਜ਼ਿਕਰ ਸੁਣ ਸੁਣ ਜਨਾਬ ਗੌਰ ਕਰ ਸੋ ਅਜ਼ੀਮ ਮੈਟਰ ਅਜ਼ੀਮ ਤੋਹਫਾ ਦੇਣਾ ਚਾਹਦਾ ਪੜ੍ਹੇ ਲਿਖੇ ਲੋਕਾਂ ਨੂੰ। ਕਰਬਲਾ ਦਾ ਮੈਦਾਨ ਤੇ ਕੌਮ ਹੈ ਤੇ ਵਾਸਤੇ ਨਵਾਬ ਕਰਬਲਾ ਦਾ ਖਾਮੋਸ਼ ਹੋਣਾ, ਕਰਬਲਾ ਦੇ ਅਲੀ ਨੇ ਕੁਰਾਨ ਨੂੰ ਪੜ੍ਹਨਾ ਸ਼ੁਰੂ ਕੀਤਾ, ਇਸਲਾਮਾਬਾਦ ਹੈ ਪਿੰਡੀ ਹੈ ਮੈਂ ਅਦਬ ਪਿਆ ਪੜ੍ਹਦਾ, ਗੌਰ ਕਰਿਆ ਕੁਰਾਨ ਨੇ ਕੁਰਾਨ ਦੇ ਹੱਥਾਂ ਤੇ ਖਿਤਾਬ ਸ਼ੁਰੂ ਕੀਤਾ। ਥੋੜ੍ਹਾ ਸਮਝ ਏਦਾਂ ਸ਼ਰੀਫ ਜ਼ਾਕਰ ਮੌਲਾ ਜ਼ਿੰਦਗੀ ਕਰੇ ਖੁਦਾ ਕਰਵਾਏ ਰੂਹੇ ਜ਼ਮੀਨ ਤੇ ਇਸ ਦੌਰ ਦੇ ਵਿੱਚ ਕੋਈ ਨਹੀਂ ਜਾਂਦਾ ਮਾਲਕ ਖਿਜ਼ਰ ਦੀ ਆਈ ਆਤੀ ਹੈ। ਕਰਬਲਾ ਦਾ ਮੈਦਾਨ ਤਿਆਰ, ਮੈਂ ਸਾਰਿਆਂ ਤੋਂ ਥੋੜ੍ਹਾ ਪੜ੍ਹਨਾ ਹੈ ਤੇ ਸਾਰਿਆਂ ਤੋਂ ਕੋਸ਼ਿਸ਼ ਕਰਾਂਗਾ ਪਾਕ ਮੁਸ਼ਾਹਿਦਿਆਂ ਦੇ ਕਰਨ ਦੇ ਨਾਲ। ਇਮਾਮ ਮੂਸਾ ਕਾਜ਼ਮ ਅਲੈਹਿ ਸਲਾਤੁ ਵਸਲਾਮ ਬਾਦਸ਼ਾਹ ਦੇ ਬੇੜੇ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ। ਬਾਦਸ਼ਾਹ ਤੋਂ ਵੀ ਖੁਸ਼ੀ ਦਾ ਸਦਕਾ ਉਹਨਾਂ ਦਾ ਕੰਮ ਹੀ ਜੋ ਇਮਾਮ ਮੂਸਾ ਕਾਜ਼ਮ ਦਾ ਕੰਮ ਹੀ ਨਾ ਦੁਨੀਆਦਾਰ ਦਾ ਨਹੀਂ। ਬਿਸਮਿਲਲਾ ਕਰ ਗੌਰ ਕਰ ਰਿਹਾ ਬਾਦਸ਼ਾਹ ਕਰਬਲਾ ਦਾ ਮੈਦਾਨ ਹੈ, ਨਵਾਬ ਕਰਬਲਾ ਦੇ ਹੱਥਾਂ ਤੇ ਕਰੀਮ ਕਰਬਲਾ ਦੇ ਹੱਥਾਂ ਤੇ ਫਖਰ ਇਬਰਾਹੀਮ ਦੇ ਹੱਥਾਂ ਤੇ ਫਖਰ ਇਸਮਾਇਲ ਦਾ ਖਿਤਾਬ ਹੈ। ਸੁਣਨ ਵਾਲਾ ਪਿੰਡੀ ਇਸਲਾਮਾਬਾਦ ਦਾ ਮਜਮਾ ਹੋਵੇ ਬੰਦੇ ਚੁੱਪ ਕਰ ਜਾਣ ਦਾ ਜ਼ਾਕਰੀ ਨਾ ਛੋੜ ਦੇ। ਤਵੱਜੋ ਹੋ ਗਈ ਜਨਾਬ ਦੀ ਗੌਰ ਕਰਿਆ ਬਾਦਸ਼ਾਹ ਦਾ ਖਿਤਾਬ ਹੈ ਖੁਤਬਾ ਹੈ ਤੇਰੇ ਹੱਥੋਂ ਤੇ ਬੋਲਣਾ ਮਿਲਣ ਉਸ ਜਿਸ ਦੇ ਸਰਕਾਰੀ ਇਮਾਮ ਅਲੀ ਰਜ਼ਾ ਅਲੈਹਿ ਸਲਾਤੁ ਵਸਲਾਮ ਬਾਦਸ਼ਾਹ ਰਾਜ਼ੀ ਹੋ ਸਕਦਾ। ਮੈਂ
तू परेशान हो मैं दर्द कला तेरी तो सुन बाबा तैयार हूं मैं
तेरा तेरा भला होए अखा बस पे अपने बाद
ਸਦਕਾ ਕਰੇ ਨੂੰ ਟਾਈਮ ਦੇਵਾਂ ਚਾਇਆ ਚਾ ਕੇ ਖੇਮੇ ਦੇ ਵਿੱਚ ਬਾਹਰ ਆ ਕੇ ਆਪਣੇ ਸਰਕਾਰ ਦੇ ਹੱਥਾਂ ਤੇ ਇਸ ਤਰੀਕੇ ਦਾ ਅਸਰ ਨੂੰ ਦਿੱਤਾ ਚਾ ਕੇ ਗਰੀਬੇ ਕਰਬਲਾ ਸੱਚੇ ਕਦਮ ਤੇ ਪਿਆ ਸਹਿਦ ਆਬਾਦ ਤੇ ਫਿਰ ਤੂੰ ਕਹੀ ਅਕਲ ਮਾਰ ਦਾ ਵੀ ਮੌਲਾ ਮੈਂ ਰੁਕੇਂਦੀ ਨਹੀਂ ਮਗਰ ਮੌਲਾ ਰੂਹ ਮੈਂ ਚਾਹੋ ਜਿਵੇਂ ਸਿਆਣੀਆਂ ਮਾਵਾਂ ਚੇਂਦੀਆਂ ਰਬਾਬ ਕਿਵੇਂ ਚਲਾਵਾਂ ਮੌਲਾ ਇਸ ਤਰੀਕੇ ਦੇ ਨਾਲ ਚਾਹੁਣਾ ਤੁਹਾਡਾ ਮੂੰਹ ਹੋਸੀ ਮੈਦਾਨ ਦੇ ਪਾਸੇ ਅਸਗਰ ਦਾ ਮੂੰਹ ਹੋਸੀ ਖਿਆਮ ਦੇ ਪਾਸੇ ਮੌਲਾ ਮੈਂ ਜਾਣ ਦਿਆ ਵੱਡੇ ਅਸਗਰ ਜੀਨ ਦੇ ਕੋਈ ਨਹੀਂ ਬਣਨਾ ਮੈਂ ਬਿਸਮਿਲਲਾ ਕਰਾਂ ਮੇਰੀ ਸਹਿਣ ਤੁਹਾਡੀ ਮੁਕਾਨ ਕਬੂਲ ਕਰੇ ਸਾਡੇ ਜੀਆਂ ਦੇ ਪਰਦੇ ਬਸ ਦੇਖ ਮੇਰੇ ਪਾਸੇ ਖਤਮ ਤਮਹੀਦ ਖਤਮ ਚਾਲਿਆ ਜਾ ਕੇ ਟੁੱਟ ਪਿਆ ਧੁੱਪ ਦਾ ਟੁਕੜਾ ਅਸਗਰ ਦੇ ਚਿਹਰੇ ਤੇ ਕਿਉਂ ਜੋ ਭਾਈ ਭਾਵੇਂ ਜਿਹੜਾ ਵੀ ਗਰੀਬ ਹੋ ਗਿਆ ਹੈ ਕੋਈ ਪਿਓ ਪੁੱਤਰ ਦਾ ਦੁੱਖ ਬਰਦਾਸ਼ਤ ਨਹੀਂ ਕਰਦਾ ਲਾੜਾ ਮਾਮੇ ਦਾ ਖੋ ਲਿਆ ਇਸ ਤਰੀਕੇ ਦੇ ਨਾਲ ਅਸਗਰ ਦੇ ਚਿਹਰੇ ਦੇ ਉੱਤੇ ਕੱਪੜਾ ਵੀ ਇੰਜੇ ਚਾਹੇ ਇਵੇਂ ਚਾਹੇ ਜਿਵੇਂ ਕਾਰੀ ਕੁਰਾਨ ਚਾਹੀਦਾ ਹੈ ਸ਼ਾਮੀਆਂ ਤੇ ਕੂਫੀਆਂ ਦਿੱਠਾ ਇਹਨਾਂ ਜ਼ਾਲਮਾਂ ਇੱਕ ਬੈ ਦੇ ਨਾਲ ਇੱਕ ਗੱਲ ਕੀਤੀ ਜਿਹੜਾ ਤੈਨੂੰ ਵੈਣ ਸੁਣਾਉਣਾ ਚਾਹੁੰਦਾ ਇਹ ਜ਼ਾਲਮਾਂ ਦੇ ਦੇ ਇੱਕ ਨਹੀਂ ਮੰਨਣੇ ਹੈ ਉਹ ਕਰਬਲ ਵਿੱਚ ਤੇ ਤੋੜੇ ਲੱਖ ਕੁਰਾਨ ਉਠਾਵੇ ਇਹਦੀ ਮਾਂ ਬਲੀ ਆਈ ਹੱਥ ਲੱਖ ਪਾਸੇ ਤੇ ਇਹ ਉੱਠਦਾ ਬਹਦਾ ਖਿਆਲ ਆ
تیر حسین مرنا تیر حسین گلک سی جگ مک ویسی الگ حسین دے سینے دا نشانہ رکھے آئے اللہ جانے دی مامو بڑی تیر اندر اتھاؤں پہ میں دے دست بولیے اگر بار گیا جس گھر ہوشیار تیرے چیندے تیر تیرے بابے کو نہ لگے بیبیا دی میں دا بچنے اندر نمبر زامے اے قربان جمع دھولی اندر آس کرو او شریف مکانیو جیوے مالکا Get out.